ਇਸ ਸ਼੍ਰੀਕਾਲ ਮੈਂ ਇੰਡੀਅਨ ਯੂਟਿਊਬਰ ਭਮਰੀ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵਾਂ ਟੌਪਿਕ ਲੈ ਕੇ ਜਿਸ ਤੇ ਅਸੀਂ ਵਿਚਾਰ ਕਰਾਂਗੇ ਔਰ ਜਿਸ ਦਾ ਵਿਚਾਰ ਰਹੇਗਾ ਖੁਸ਼ੀ ਕਿ ਇਹ ਖੁਸ਼ੀ ਸਾਡੇ ਅੰਦਰ ਹੀ ਹੁੰਦੀ ਹੈ ਜਾਂ ਕਿ ਤੋਂ ਹੋਰ ਬਾਹਰੋਂ ਆਉਂਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਜਿਹੜਾ ਕਿਤੇ ਜਾ ਕੇ ਉਸ ਨੂੰ ਚੁੱਕ ਲਿਆ ਜਾਵੇ ਜਾਂ ਖਰੀਦ ਲਿਆ ਜਾਵੇ ਖੁਸ਼ੀ ਇੱਕ ਮਨ ਦੀ ਅਵਸਥਾ ਹੈ ਬਾਕੀ ਖੁਸ਼ੀ ਦੀ ਪਰਿਭਾਸ਼ਾ ਹਰ ਕਿਸੇ ਲਈ ਵੱਖਰੀ-ਵੱਖਰੀ ਹੁੰਦੀ ਹੈ ਕੋਈ ਨਵੀਂ ਗੱਡੀ ਲੈ ਕੇ ਜ਼ਮੀਨ ਜਾਇਦਾਦ ਖਰੀਦ ਕੇ ਤਾਂ ਕੋਈ ਸ਼ਾਨਦਾਰ ਘਰ ਵਿੱਚ ਰਹਿ ਕੇ ਖੁਸ਼ ਹੁੰਦਾ ਹੈ ਤੇ ਕੋਈ ਨੌਕਰੀ 'ਚ ਤਰੱਕੀ ਪਾ ਕੇ ਤਾਂ ਕੋਈ ਮਰਦੇ ਹੋਏ ਦੀ ਵੀਡੀਓ ਬਣਾ ਕੇ ਖੁਸ਼ ਹੈ ਕੋਈ ਕਿਸੇ ਦੇ ਮਰਨ ਤੇ ਖੁਸ਼ ਹੈ ਤੇ ਕੋਈ ਕਿਸੇ ਦਾ ਘਰ ਖਰਾਬ ਕਰਕੇ ਖੁਸ਼ ਹੈ ਖੁਸ਼ੀ ਲਈ ਹਰ ਇੱਕ ਦੀ ਪਰਿਭਾਸ਼ਾ ਅਲੱਗ ਹੈ ਕੋਵਿਡ-19 ਦੇ ਕਰਫਿਊ ਕਾਰਨ ਸਾਰਾ ਦੇਸ਼ ਬਹੁਤ ਦੁੱਖ ਵਿੱਚ ਘਿਰ ਗਿਆ ਸੀ ਕਈਆਂ ਨੇ ਘਰਾਂ ਵਿੱਚ ਬੈਠ ਕੇ ਟੀਵੀ ਦੇਖ ਕੇ ਆਪਣਾ ਮਨੋਰੰਜਨ ਕਰਕੇ ਖੁਸ਼ੀਆਂ ਪਾਈਆਂ ਕਈਆਂ ਨੇ ਜਿੱਦਾਂ ਪਰਿਵਾਰ ਮੈਂਬਰਾਂ ਨੂੰ ਟਾਈਮ ਨਹੀਂ ਹੁੰਦਾ ਸੀਗਾ ਇਕੱਠੇ ਬੈਠ ਕੇ ਖਾਣਾ ਖਾਣਾ ਇੱਕ ਦੂਜੇ ਨੂੰ ਟਾਈਮ ਦੇਣਾ ਉਹਨਾਂ ਨੇ ਵੀ ਇਕੱਠੇ ਸਮਾਂ ਗੁਜ਼ਾਰ ਕੇ ਖੁਸ਼ੀਆਂ ਮਾਣੀਆਂ ਪਰ ਕਈਆਂ ਨੇ ਇਸ ਸਮੇਂ ਜਿਹੜੇ ਗਰੀਬਾਂ ਮਜ਼ਦੂਰਾਂ ਨੂੰ ਰੋਟੀ ਦਵਾਈ ਤੋਂ ਆਵਾਜ਼ਾਰ ਹੋ ਗਏ ਸੀ ਉਹਨਾਂ ਨੂੰ ਦਿਨ ਰਾਤ ਲੰਗਰ ਲਗਾ ਕੇ ਤੇ ਸੇਵਾ ਕਰਕੇ ਬੇਸਹਾਰਿਆਂ ਨੂੰ ਰੋਟੀ ਪਾਣੀ ਤੋਂ ਭੁੱਖਿਆਂ ਦੀ ਬੇਅੰਤ ਮਦਦ ਕਰਕੇ ਖੁਸ਼ੀ ਮਾਣੀ ਪੰਜਾਬ ਵਿੱਚ ਸਾਡੇ ਵੀਰਾਂ ਨੇ कोरोनाई महामारी ਦੌਰਾਨ ਪਰਵਾਸੀਆਂ ਨੂੰ ਘਰਾਂ ਵਿੱਚ ਪੈਦਲ ਜਾਣ ਵਾਲਿਆਂ ਨੂੰ ਬੱਸਾਂ ਮੁਹੱਈਆ ਕਰਵਾ ਕੇ ਫ੍ਰੀ ਸੇਵਾ ਤੇ ਖੁਸ਼ੀਆਂ ਮਾਣੀਆਂ। ਨਿਆਸਰਿਆਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੇ ਇਸ ਤੋਂ ਮਿਲੀ ਖੁਸ਼ੀ ਦਾ ਅੰਦਾਜ਼ਾ ਸ਼ਾਇਦ ਹੀ ਕੋਈ ਲਾ ਸਕਦਾ ਹੈ। ਇਹ ਮਾਰਾ ਮਾਰੀ ਹਰ ਕਿਸੇ ਲਈ ਇੰਨੀ ਭਿਆਨਕ ਸੀ ਪਰ ਫਿਰ ਵੀ ਸਾਡੇ ਵੀਰਾਂ ਨੇ ਆਪਣੀ ਦਲੇਰੀ ਦਿਖਾਈ। ਦੇ ਕਿਸੇ ਦੇ ਵੀ ਚਿਹਰੇ ਤੇ ਦੁੱਖ ਨਹੀਂ ਆਉਣ ਦਿੱਤਾ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਲੰਗਰ ਲਗਾ ਕੇ ਹਰ ਤਰ੍ਹਾਂ ਦੀ ਉਹਨਾਂ ਦੀ ਸਹਾਇਤਾ ਕਰਕੇ ਖੁਸ਼ੀਆਂ ਜੀਵਨ ਚ ਭਰੀਆਂ ਖੁਸ਼ੀ ਹਮਦਰਦੀ ਤਾਂ ਸੇਵਾ ਭਾਵ ਤੋਂ ਹੀ ਉਤਪਨ ਹੁੰਦੀ ਹੈ ਮੈਨੂੰ ਇੱਕ ਖਾਸ ਪ੍ਰੋਗਰਾਮ ਆ ਗਿਆ ਔਰ ਜਿੱਥੇ ਮੈਂ ਬਹੁਤ ਖਾਸ ਸਪੈਸ਼ਲ ਬਣ ਕੇ ਹੀ ਜਾਣਾ ਚਾਹੁੰਦੀ ਸੀ ਔਰ ਸਭ ਤੋਂ ਡਿਫਰੈਂਟ ਔਰ ਮੈਂ ਉਸ ਲਈ ਇੱਕ ਬਹੁਤ ਮਹਿੰਗੀ ਡਰੈਸ ਖਰੀਦ ਲਈ ਫਿਰ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਵੀ ਹੋਈ ਖੂਬ ਸਜ ਧਜ ਕੇ ਪ੍ਰੋਗਰਾਮ ਤੇ ਪਹੁੰਚੀ ਜਦ ਮੈਂ ਉੱਥੇ ਜਾ ਕੇ ਦੇਖਿਆ ਮੇਰੇ ਨਾਲ ਦੀਆਂ ਜੋ ਸਭ ਨੂੰ ਇਨਵਾਈਟ ਕੀਤਾ ਹੋਇਆ ਸੀ ਉਹ ਤਾਂ ਸਾਰੀਆਂ ਮੇਰੇ ਤੋਂ ਵੀ ਜ਼ਿਆਦਾ ਬਹੁਤ ਹੀ ਸੋਹਣੀਆਂ ਲੱਗਣ ਉਹ ਡਰੈਸਿਸ ਵੀ ਇੰਨੀਆਂ ਸੋਹਣੀਆਂ ਸੋਹਣੀਆਂ ਪਰ ਦੇਖ ਕੇ ਮੇਰੇ ਮਨ ਨੂੰ ਕੁਝ ਖੁਸ਼ੀ ਨਹੀਂ ਹੋਈ ਕਿਉਂ ਖੁਸ਼ੀ ਨਹੀਂ ਹੋਈ ਕਿਉਂ ਮੇਰੇ ਮਨ ਚ ਈਰਖਾ ਪੈਦਾ ਹੋ ਗਈ ਉਹ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਮੈਂ ਤਾਂ ਖੁਦ ਨੂੰ ਸੋਹਣਾ ਬਣ ਕੇ ਇੰਨਾ ਜ਼ਿਆਦਾ ਖਰਚਾ ਕਰਕੇ ਆਈ ਸੀ ਤੇ ਖੁਸ਼ੀ ਅੰਦਰੋਂ ਬਾਹਰੋਂ ਪੂਰੀ ਤਰ੍ਹਾਂ ਖਤਮ ਖੁਸ਼ੀ ਹੋਣੀ ਕਿੱਦਾਂ ਸੀ ਜਦ ਈਰਖਾ ਹੀ ਪੈਦਾ ਹੋ ਗਈ ਬਾਅਦ ਮੈਂ ਗੈਲਰੀ ਦੇ ਵਿੱਚ ਇੱਕ ਮਿੱਟੀ ਦੇ ਦੋ ਪੌਟ ਰੱਖੇ ਹੋਏ ਦੀਵਾਰ ਦੇ ਉੱਪਰ ਉਹਦੇ ਸਵੇਰੇ ਮੈਂ ਡੇਲੀ ਉੱਠਦੀ ਆ ਮੇਰੀ ਰੁਟੀਨ ਚਾਹ ਪੀਣ ਤੋਂ ਪਹਿਲਾਂ ਬਾਹਰ ਪਾਟ ਵਿੱਚ ਪਾਣੀ ਫਰੈਸ਼ ਚੇਂਜ ਕਰਨਾ ਔਰ ਉਥੇ ਇੱਕ ਬਹੁਤ ਵੱਡਾ ਇੱਕ ਵਰਤਨ ਰੱਖਿਆ ਹੋਇਆ ਮੈਂ ਉਹਦੇ 'ਚ ਮੈਂ ਤਰ੍ਹਾਂ ਤਰ੍ਹਾਂ ਦੇ ਖਾਣੇ ਪਾਣੀ ਆ ਉਥੇ ਆਂਦਾ ਕੋਣ ਮੇਕਰ ਪੰਛੀ ਹਰ ਤਰ੍ਹਾਂ ਦੀਆਂ ਚਿੜੀਆਂ ਕਬੂਤਰ ਛੋਟੀਆਂ-ਛੋਟੀਆਂ ਚਿੜੀਆਂ ਇੰਨੀਆਂ ਸੋਹਣੀਆਂ ਉਹ ਖਾਸ ਗੈਲਰੀਆਂ ਇੰਨੇ ਇਕੱਠੇ ਹੋਏ ਹੁੰਦੇ ਆ ਸਾਰੇ ਵੀ ਅਸੀਂ ਸਵੇਰੇ ਖਾਣਾ ਖਾਣ ਜਾਣਾ ਉੱਥੇ ਇਕੱਠੇ ਹੋਏ ਹੁੰਦੇ ਆ ਉਸਵੇਰੀ ਵੇਟ ਕਰਦੇ ਆ ਉੱਥੇ ਕਿਤਾ ਸਾਨੂੰ ਖਾਣਾ ਮਿਲਣਾ ਆ ਤੇ ਪਾਣੀ ਪੋਣਾ ਕਿਸ ਪਾਣੀ ਇੱਕ ਪਾਣੀ ਪੀਂਦੀਆਂ ਫਿਰ ਦੂਸਰੇ ਵਿੱਚ ਨਹਾਉਂਦੀਆਂ ਆ ਇੰਨੀਆਂ ਸੋਹਣੀਆਂ ਲੱਗਦੀਆਂ ਕਿ ਕਿਸੇ ਦਿਨ ਮੈਂ ਲੇਟ ਵੀ ਹੋ ਜਾਵਾਂ ਥੋੜਾ 5-7 ਮਿੰਟ ਟਾਈਮ ਬੜਾ ਫਿਕਸ ਆ ਇਹਨਾਂ ਦਾ ਤਾਂ ਸਾਈਡ ਲਾਈਨ ਵਿੱਚ ਲੱਗੇ ਬੈਠੇ ਦੇਖਦੇ ਆ ਅਜੇ ਤੱਕ ਬਾਹਰ ਨਹੀਂ ਆਏ ਸੱਚ ਮੈਂ ਦੱਸਾਂ ਇਹਨਾਂ ਨੂੰ ਜਦੋਂ ਇਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਨਾ ਇਹ ਬੋਲਦੇ ਨੇ ਹੈਗੇ ਥੋੜੀਆਂ-ਉੜੀਆਂ ਗੱਲਾਂ ਕਰਦੇ ਐਨੇ ਮਨ ਨੂੰ ਖੁਸ਼ੀ ਦਿੰਦੇ ਆ ਨਾ ਮੈਂ ਇਹਦਾ ਦੱਸ ਨਹੀਂ ਸਕਦੀ ਤੁਹਾਨੂੰ ਮੈਂ ਬਸ ਇਹ ਛੋਟੀਆਂ-ਛੋਟੀਆਂ ਗੱਲਾਂ ਇਹ ਕੇਅਰ ਮਨ ਨੂੰ ਐਨੀ ਖੁਸ਼ੀ ਦਿੰਦੀਆਂ ਇਹ ਖੁਸ਼ੀ ਦੇ ਕਾਰਨ ਵੀ ਸਾਡੇ ਅੰਦਰ ਹੀ ਹੈਗੇ ਜਦ ਕੋਈ ਵੀ ਕਿਸੇ ਦੇ ਘਰ ਆਵੇ ਉਹਨਾਂ ਦਾ ਆਦਰ ਸਤਿਕਾਰ ਭਰਪੂਰ ਕਰੋ ਜੇ ਕੋਈ ਦੁਖੀ ਹੈ ਉਸ ਦਾ ਦੁੱਖ ਵੰਡਾ ਨਹੀਂ ਸਕਦੇ ਉਸ ਨੂੰ ਹੌਸਲਾ ਦੇ ਕੇ ਉਸ ਦੇ ਦੁੱਖ ਦੀ ਸਾਂਝ ਜ਼ਰੂਰ ਕਰੋ ਕੋਈ ਵੀ ਕਿਸੇ ਨੂੰ ਕੁਝ ਨਹੀਂ ਦਿੰਦਾ ਥੋੜਾ ਜਿਆਦਾ ਚੰਗਾ ਮਾੜਾ ਸਭ ਆਪਣੇ ਕਰਮਾਂ ਦਾ ਵੱਡਿਆਂ ਦਾ ਸਤਿਕਾਰ ਛੋਟਿਆਂ ਨੂੰ ਪਿਆਰ ਹਮੇਸ਼ਾ ਦਿਲ ਵਿੱਚ ਭਾਵ ਰੱਖੋ ਛੋਟਾ ਵੱਡਾ ਤੇਰਾ ਮੇਰਾ ਤੋਂ ਹਮੇਸ਼ਾ ਦੂਰ ਰਹੋ ਉੰਜ ਤਾਂ ਹਰ ਇਨਸਾਨ ਕਿਸੇ ਨਾ ਕਿਸੇ ਦੁੱਖ ਵਿੱਚ ਘਿਰਿਆ ਹੈ ਦੁੱਖਾਂ ਵਿੱਚੋਂ ਨਿਕਲ ਕੇ ਖੁਸ਼ੀਆਂ ਲੱਭਣ ਦਾ ਯਤਨ ਕਰੋ ਖੁਸ਼ੀ ਲਈ ਕੁਝ ਕਰਾਂਗੇ ਤਾਂ ਸ਼ਾਇਦ ਖੁਸ਼ੀ ਨਾ ਮਿਲੇ ਪਰ ਖੁਸ਼ ਹੋ ਕੇ ਕੁਝ ਕਰਾਂਗੇ ਤਾਂ ਖੁਸ਼ੀ ਤੇ ਸਫਲਤਾ ਜ਼ਰੂਰ ਮਿਲੇਗੀ ਤੁਹਾਨੂੰ ਮੇਰੇ ਅੱਜ ਦੇ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਮੈਨੂੰ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਣਾ मेरे चैनल में सबसक्राइब शेयर एंड लाइक भी जरूर करना कल फिर एक नया टॉपिक लैके हाजिर होवगी जारा सत श्री अकाल